ਭੁੰਨ ਦਿੰਦੇ ਹਾਂ। ਜਿਹੜੀ ਪਾਣੀ ਦੀ ਭਾਫ਼ ਹੈ ਨਾ ਉਹ ਬਾਹਰ। ਹਾਂਜੀ, ਆਪਾਂ ਨੂੰ ਇਹਦੇ ਵਿੱਚ ਕੋਈ ਪਾਣੀ ਵਗੈਰਾ ਐਡ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇਹਨਾਂ ਦੇ ਵਿੱਚ ਖੁਦ ਹੀ ਹਰੀਆਂ ਸਬਜ਼ੀਆਂ ਦੇ ਵਿੱਚ ਪਾਣੀ ਹੁੰਦਾ, ਉਸੇ ਪਾਣੀ ਦੇ ਨਾਲ ਇਹ ਪੱਕ ਜੂਗੀ। ਅਤੇ ਇੱਕ ਗੱਲ ਲਾਸਟ ਵਾਲੀ ਹੁੰਦੀ ਜਿਹੜੀ ਆਪਣੀ, ਉਹ ਜ਼ਰੂਰ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਆਪਾਂ ਇਹਨੂੰ ਢੱਕਣ ਨਾਲ ਕਵਰ ਨਹੀਂ ਕਰਨਾ। ਅਗਰ ਤੁਸੀਂ ਹੈ ਨਾ ਆਪਾਂ ਕੋਈ ਵੀ ਢੱਕਣ ਲੈ ਕੇ ਇਹਨੂੰ ਕਵਰ ਕਰ ਦਾਂਗੇ, ਮੈਂ ਤੁਹਾਨੂੰ ਦਿਖਾਉਣੀ ਹਾਂ। ਦੇਖੋ ਆਪਾਂ ਨੇ ਇਹ ਢੱਕਣ ਲੈਤਾ, ਇਹਨੂੰ ਕਵਰ ਕਰਤਾ, ਜਿਹੜੀ ਇਹਦੀ ਭਾਫ਼ ਹੈ ਦੇਖੋ ਬੰਦ ਹੋ ਗਈ ਨਾ, ਉਹ ਜਿਹੜੀ ਭਾਫ਼ ਹੈ ਨਾ ਇਹਦੇ ਢੱਕਣ ਦੇ ਉੱਪਰ ਲੱਗ ਲੱਗ ਕੇ, ਜਿੱਦਾਂ ਹੁਣ ਪਤਾ ਹੀ ਹੈ ਤੁਹਾਨੂੰ ਪੜ੍ਹੇ ਲਿਖਿਓ ਵੀ ਉਹ ਪਾਣੀ ਬਣ ਬਣ ਕੇ ਨਾ ਨੀਚੇ ਡਿੱਗੀ ਜਾਏਗਾ ਅਤੇ ਆਪਣੀ ਸਬਜ਼ੀ ਸਾਰੀ ਪਾਣੀ ਦੇ ਨਾਲ ਭਰ ਜਾਏਗੀ। ਅਤੇ ਉਹਦਾ ਟੇਸਟ ਦੇਖੋ ਕਿੰਨਾ ਪਾਣੀ ਨਿਕਲਿਆ ਥਾਲੀ ਦੇ ਵਿੱਚ। ਕਦੇ ਵੀ ਜਿਹੜੀ ਮੇਥੀ ਅਤੇ ਮੇਥੇ ਦੀ ਆਪਾਂ ਸਬਜ਼ੀ ਬਣਾਉਂਦੇ ਹਾਂ ਤਾਂ ਉਹਨੂੰ ਕਦੇ ਵੀ ਢੱਕੋ ਨਾ, ਬਸ ਇਸੇ ਤਰੀਕੇ ਦੇ ਨਾਲ ਉਹਨੂੰ ਬਣਾਓ। ਦੇਖੋ ਬਿਲਕੁਲ ਵੀ ਆਪਣੀ ਇਹ ਨੀਚੇ ਚਿਪਕ ਨਹੀਂ ਰਿਹਾ ਮਸਾਲਾ, ਬਸ ਮਸਾਲਾ ਪਾਉਣ ਦਾ ਇਹੀ ਤਰੀਕਾ ਸੁੱਕੀ ਸਬਜ਼ੀ ਦੇ ਵਿੱਚ ਕਿ ਆਪਣੀ। ਹਾਂਜੀ ਫਰੈਂਡ, ਦੇਖੋ ਕੱਲ੍ਹ ਮੈਨੂੰ ਇੱਕ ਵੀਰ ਜੀ ਨਾ ਕਹਿ ਰਹੇ ਸੀ ਕਿ ਜਦੋਂ ਵੀ ਮਸਾਲਾ ਆਪਾਂ ਪਾਉਂਦੇ ਹਾਂ ਤਾਂ ਨੀਚੇ ਚਿਪਕਣਾ ਜਾਇਜ਼ ਹੈ, ਬਟ ਨਹੀਂ, ਜਿੱਦਾਂ ਮੈਂ ਤੁਹਾਨੂੰ ਦੱਸਦੀ ਹਾਂ ਇੱਦਾਂ ਤੁਹਾਡਾ ਮਸਾਲਾ ਨੀਚੇ ਬਿਲਕੁਲ ਨਹੀਂ ਚਿਪਕੇਗਾ ਅਤੇ ਕੱਚਾਪਣ ਵੀ ਬਿਲਕੁਲ ਨਹੀਂ ਆਏਗਾ। ਮੇਰਾ ਮਕਸਦ ਇਹੀ ਹੈ ਕਿ ਮੈਂ ਤੁਹਾਨੂੰ ਈਜ਼ੀ ਸਾਰਾ ਕੁਝ ਸਿਖਾਵਾਂ ਤਾਂ ਕਿ ਜਦੋਂ ਤੁਸੀਂ ਘਰ ਵਿੱਚ ਬਣਾਓ ਤਾਂ ਤੁਹਾਨੂੰ ਅਸੀਂ ਬਿਲਕੁਲ ਈਜ਼ੀ ਤਰੀਕੇ ਨਾਲ ਬਣਾ ਸਕੋ। ਦੇਖੋ ਮੈਂ ਟਮਾਟਰ ਦਾ ਵਿੱਚੋਂ ਪਲੰਪ ਹੈ ਜਿਹੜਾ ਨਾ ਬੀਜ ਵਗੈਰਾ ਉਹੀ ਐਡ ਕੀਤੇ ਨੇ, ਵੈਸੇ ਟਮਾਟਰ ਨਹੀਂ ਪਾਇਆ। ਕੁਝ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਹੈ ਨਾ, ਵੀਡੀਓ ਨੂੰ ਸਾਰੀ ਦੇਖਿਆ ਕਰੋ ਕਿਉਂਕਿ ਮੈਂ ਜ਼ਿਆਦਾ ਲੰਬੀ ਵੀ ਨਹੀਂ ਖਿੱਚਦੀ ਵੀਡੀਓ ਨੂੰ ਵੀ ਹਾਂ ਘੁਮਾ ਘੁਮਾ ਕੇ ਮੈਂ ਤੁਹਾਨੂੰ ਹੁਣ ਕਢਾਈ ਰੱਖਾਂ, ਕਿਉਂਕਿ ਮੈਨੂੰ ਪਤਾ ਕਿ ਸਾਰਿਆਂ ਦੇ ਟਾਈਮ ਦੀ ਵੈਲਿਊ ਬਹੁਤ ਜ਼ਿਆਦਾ ਹੈਗੀ। ਸਾਰੇ ਆਪਣੀ ਆਪਣੀ ਲਾਈਫ ਦੇ ਵਿੱਚ ਨਾ ਬਹੁਤ ਘੱਟ ਟਾਈਮ ਮਿਲਦਾ ਆਪਾਂ ਨੂੰ, ਪਰ ਫਿਰ ਵੀ ਤੁਹਾਡਾ ਵੀ ਸ਼ੁਕਰੀਆ, ਤੁਸੀਂ ਮੇਰੀ ਵੀਡੀਓ ਦੇਖਦੇ ਹੋ, ਮੈਨੂੰ ਵੀ ਸਪੋਰਟ ਕਰਦੇ ਹੋ। ਹਾਂਜੀ ਫਰੈਂਡ, ਦੇਖੋ ਮੈਂ ਤੁਹਾਨੂੰ ਇਹਨੂੰ ਇੱਕ ਬਾਉਲ ਦੇ ਵਿੱਚ ਪਾ ਕੇ ਵੀ ਦਿਖਾ ਦਿੰਦੀ ਹਾਂ ਕਿਉਂਕਿ ਥੋੜ੍ਹਾ ਜਿਹਾ ਧੂੰਆਂ ਹੁੰਦਾ ਉੱਥੇ। ਦੇਖੋ ਇਹਦੀ ਲੁੱਕ ਕਿੰਨੀ ਅਮੇਜ਼ਿੰਗ ਹੈ। ਦੇਖੋ ਆਪਣੀ ਇਹ ਪੱਕ ਵੀ ਗਈ ਹੈ ਬਿਲਕੁਲ, ਦੇਖੋ ਆਲੂ ਪੱਕ ਚੁੱਕੇ ਨੇ। ਅਤੇ ਬਸ ਜਿਹੜੀਆਂ ਮੈਂ ਕੁਝ ਗੱਲਾਂ ਤੁਹਾਨੂੰ ਕਿਹਾ ਵੀ ਧਿਆਨ ਰੱਖਿਓ, ਬਸ ਉਹ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ, ਤੁਹਾਡੀ ਸਬਜ਼ੀ ਕਦੇ ਵੀ ਨੀਚੇ ਨਹੀਂ ਚਿਪਕੇਗੀ। ਥੈਂਕ ਯੂ ਜੀ। ਬਸ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਤੋਂ ਦੱਸ ਦਿੰਦੀ ਹਾਂ ਨਾ ਕਿ ਕਦੇ ਵੀ ਮੇਥੀ ਜਾਂ ਮੇਥੇ ਦੀ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਕਵਰ ਕਰਕੇ ਨਾ ਪਕਾਇਓ। ਅਗਰ ਤੁਸੀਂ ਇਸ ਤਰੀਕੇ ਨਾਲ ਕਵਰ ਕਰ ਦੋਗੇ ਨਾ ਤਾਂ ਜਿਹੜਾ ਇਹਦਾ ਐਕਸਟਰਾ ਪਾਣੀ ਹੈ ਨਾ, ਦੇਖੋ ਭਾਫ਼ ਬਣ ਕੇ ਉੱਡ ਰਿਹਾ, ਉਹ ਦੇਖੋ ਆਪ ਤੁਹਾਨੂੰ ਪਤਾ ਹੀ ਹੈ ਵੀ ਥਾਲ ਦੇ ਵਿੱਚ ਦੇਖੋ ਮੇਰੀ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਣਾ ਕਿ ਪਾਣੀ ਬਣ ਗਿਆ ਬੂੰਦਾਂ, ਤੁਹਾਨੂੰ ਪਤਾ ਹੀ ਹੈ ਪੜ੍ਹੇ ਲਿਖਿਆ ਸਾਰੀ ਆਪਣਾ ਵੀ ਜਿਹੜੀ ਭਾਫ਼ ਹੈਗੀ ਉਹ ਪਾਣੀ ਦਾ ਰੂਪ ਧਾਰ ਕਰ ਲੈਂਦੀ ਹੈ। ਤਾਂ ਜਿਹੜੀ ਤੁਹਾਡਾ ਪਾਣੀ ਹੈ ਉਹ ਸਾਰਾ ਤੁਹਾਡੀ ਮੇਥੇ ਦੀ ਸਬਜ਼ੀ ਦੇ ਵਿੱਚ, ਅਤੇ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਕੀ ਹੋਣਾ, ਸਾਰੇ ਕਰੀ ਕੜਾਈ ਦੇ ਵਿੱਚ ਪਾਣੀ ਪੈ ਜਾਣਾ ਇਸੇ ਨਹੀਂ ਕਹਿੰਦੇ ਨੇ। ਹਾਂਜੀ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਦੀ ਹਾਂ ਕਿ ਦੇਖੋ ਬਿਲਕੁਲ ਵੀ ਨੀਚੇ ਨਹੀਂ ਲੱਗ ਰਹੀ ਆਪਣੀ ਸਬਜ਼ੀ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਸ ਤਰੀਕੇ ਨਾਲ ਅਗਰ ਤੁਸੀਂ ਬਣਾਓਗੇ। ਅਤੇ ਕੌੜਾਪਣ, ਕੌੜੇਪਣ ਦਾ ਤਾਂ ਇਹਦੇ ਵਿੱਚ ਕੋਈ ਬਿਲਕੁਲ ਵੀ ਤੁਹਾਨੂੰ
ਇੱਦਾਂ ਨਹੀਂ ਹੋਣਾ ਵੀ ਹਾਂ ਕੌੜਾ ਪਾਣਾ ਆਏਗਾ। ਤਾਂ ਪਲੀਜ਼ ਅਗਰ ਤੁਸੀਂ ਮੇਰੇ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਗਰ ਤੁਹਾਨੂੰ ਮੇਰੀ ਡਿਸ਼ ਚੰਗੀ ਲੱਗਦੀ ਹੈ ਤਾਂ ਪਲੀਜ਼ ਲਾਈਕ ਦਾ ਬਟਨ ਦਬਾ ਦਿਓ ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ। ਹਾਂਜੀ ਭੈਣ ਦੇਖੋ ਆਪਾਂ ਨੇ ਗੱਲਾਂ ਗੱਲਾਂ ਦੇ ਵਿੱਚ ਕਿੰਨੀ ਵਧੀਆ ਇਹ ਸਬਜ਼ੀ ਬਣਾ ਲਈ। ਹੁਣ ਆਪਾਂ ਇਹਦੇ ਵਿੱਚ ਦੇਖੋ ਪਹਿਲਾਂ ਮੈਂ ਕਾਫੀ ਸਾਰਾ ਧਨੀਆ ਸੀ ਪਹਿਲਾਂ ਐਡ ਕਰਤਾ ਅਤੇ ਹੁਣ ਆਪਾਂ ਪੂਰਾ ਧਨੀਆ ਇਹਨੂੰ ਹੋਰ ਖਵਾ ਦਾਂਗੇ ਕਿਉਂਕਿ ਸਾਰਾ ਕੁਝ ਫਰੈਸ਼ ਮਿਲਦਾ ਹੈ ਨਾ ਅਤੇ ਇਹਦਾ ਫਲੇਵਰ ਮਾਸ਼ਾ ਅੱਲਾ ਬਹੁਤ ਹੀ ਜ਼ਿਆਦਾ ਵਧੀਆ। ਅਗਰ ਤੁਸੀਂ ਇਹਨੂੰ ਹੈ ਨਾ ਡਾਇਨਿੰਗ ਟੇਬਲ 'ਤੇ ਰੱਖ ਦੋਗੇ ਤਾਂ ਜਦੋਂ ਤੱਕ ਤੁਸੀਂ ਰੋਟੀ ਲੈ ਕੇ ਜਾਣੀ ਹੈ ਇਹ ਫਿਨਿਸ਼ ਹੋ ਜਾਣੀ ਹੈ ਕਿਉਂਕਿ ਇਹਦਾ ਟੇਸਟ ਹੀ ਇੰਨਾ ਵਧੀਆ ਬਣ ਜਾਂਦਾ। ਦੇਖੋ ਬਿਲਕੁਲ